ਕੋਰੋਨਾ ਦੀ ਮਹਾਮਾਰੀ ਦੇ ਕਰੋਪ ਨੂੰ ਦੇਖਦਿਆਂ ਹੋਇਆ ਗੁਰਦੁਆਰਾ ਸਾਹਿਬ ਸ੍ਰੀ ਕਲਗੀਧਰ ਸੇਵਕ ਸਭਾ ਦੇਵੀ ਤਲਾਬ ਕਪੂਰਥਲਾ ਦੀ ਸਮੂਹ ਸੰਗਤ ਵੱਲੋਂ ਸਿਵਲ ਸਰਜਨ ਕਪੂਰਥਲਾ ਨੂੰ 100 PPE ਕਿੱਟਾਂ ਭੇਟ ਕੀਤੀਆਂ ਗਈਆਂ। ਮਾਨਯੋਗ ਸਿਵਲ ਸਰਜਨ ਕਪੂਰਥਲਾ ਨੇ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਇਸ ਦੀ ਬੜੀ ਜ਼ਰੂਰਤ ਸੀ ਅਤੇ ਕਮੇਟੀ ਨੇ ਬਹੁਤ ਹੀ ਸਲਾਹਣਯੋਗ ਕੰਮ ਕੀਤਾ ਹੈ। ਇਸ ਸਮੇਂ ਸਿਵਲ ਸਰਜਨ ਸਾਹਿਬ ਤੋਂ ਇਲਾਵਾ ਡਾਕਟਰ ਨਰਿੰਦਰ ਸਿੰਘ, ਡਾਕਟਰ ਸੁਖਵਿੰਦਰ ਕੌਰ, ਡਾਕਟਰ ਸ਼ਰਨਜੀਤ ਸਿੰਘ ਅਤੇ ਕਮੇਟੀ ਵੱਲੋਂ ਪ੍ਰਧਾਨ ਓਂਕਾਰ ਸਿੰਘ, ਜਨਰਲ ਸਕੱਤਰ ਮਹਿੰਦਰ ਸਿੰਘ ਨੂਰਪੁਰੀ, ਸਰਪ੍ਰਸਤ ਸ਼ਿਵਦੇਵ ਸਿੰਘ ਕਾਲੋਂ ਅਤੇ ਤਲਵਿੰਦਰ ਸਿੰਘ, ਬਲਵੰਤ ਸਿੰਘ ਬਲ ਸਲਾਹਕਾਰ, ਉਪ ਪ੍ਰਧਾਨ ਪਰਮਜੀਤ ਸਿੰਘ, ਜਸਵਿੰਦਰ ਸਿੰਘ, ਗੁਰਮੇਲ ਸਿੰਘ, ਸੰਤੋਖ ਸਿੰਘ ਸਾਹੀ, ਵਿੱਤ ਸਕੱਤਰ ਸਤਨਾਮ ਸਿੰਘ, ਚੈਨ ਸਿੰਘ, ਲੱਖਾ ਸਿੰਘ, ਤਰਲੋਚਨ ਸਿੰਘ, ਜਗਪ੍ਰੀਤ ਸਿੰਘ, ਰਵਿੰਦਰ ਸਿੰਘ ਆਦਿ ਸ਼ਾਮਲ ਸਨ। ਕਪੂਰਥਲਾ ਤੋਂ ਦੇਵੀ ਤਲਾਬ ਸ਼੍ਰੀ ਕਲਗੀਧਰ ਸੇਵਕ ਸਭਾ ਗੁਰਦੁਆਰਾ ਦੀਪ ਜਨਾ ਕਪੂਰਥਲਾ, ਅਸੀਂ ਇਹ ਸੋਚਿਆ ਸੀਗਾ ਕਿ ਜਿਹੜੇ ਅੱਜ ਕੱਲ੍ਹ ਸਾਡੇ ਕਪੂਰਥਲਾ ਸ਼ਹਿਰ ਇੱਦਾਂ ਸਾਡਾ ਸ਼ਿਮਲਾ ਸਕੋਲ ਹੈਗਾ, ਇੱਥੇ ਕਿੱਟਾਂ ਦੀ PPE ਕਿੱਟ ਜਿਹੜੀਆਂ ਉਹਨਾਂ ਦੀ ਬਹੁਤ ਘਾਟ, ਅਤੇ ਪਹਿਲਾਂ ਅਸੀਂ ਲੰਗਰ ਦਾ ਕੰਮ ਸ਼ੁਰੂ ਕੀਤਾ ਸੀ, ਘਰ ਘਰ ਰਾਸ਼ਨ ਦਿੱਤਾ ਸੀਗਾ 150 ਬੰਦੇ, ਅਤੇ ਉਸ ਤੋਂ ਬਾਅਦ ਅਸੀਂ ਫਿਰ ਸੋਚਿਆ ਕਿ ਸਭ ਤੋਂ ਵੱਡਾ ਪੁੰਨ ਤਾਂ ਇਹ ਹੈਗਾ, ਹੁਣ ਵਾਲੀ ਗੱਲ ਹੈਗੀ ਹੈ, ਤਾਂ ਸਾਡਾ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਹੇਠ ਸਰਦਾਰ ਓਂਕਾਰ ਸਿੰਘ ਹੋਣਾ ਦੇ ਨਾਲ ਸਾਰੀ ਸੰਗਤ ਨੇ ਇਹ ਪ੍ਰਣ ਕੀਤਾ ਕਿ ਅਸੀਂ 100 ਕਿੱਟ ਜਿਹੜੀ ਹੈ ਉਹ ਸਿਵਲ ਹਸਪਤਾਲ ਦਿੱਤੀ, ਤਾਂ ਕਿ ਲੋਕਾਂ ਦਾ ਜਿਹੜਾ ਟ੍ਰੀਟਮੈਂਟ ਹੈ, ਡਾਕਟਰ ਸਾਹਿਬਾਂ ਨੂੰ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਦੇ ਵੀ ਬੜੇ ਫਰੀਲੀ ਹੋ ਕੇ ਜਿਹੜਾ ਮਰੀਜ਼ ਆਉਂਦੇ ਨੇ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੋ ਸਕੇ। ਇਸ ਕਰਕੇ ਅਸੀਂ ਇਹ ਸਾਡੀ ਕਮੇਟੀ ਨੇ ਫੈਸਲਾ ਕੀਤਾ ਕਿ 100 ਕਿੱਟ ਜਿਹੜੀ ਹੈ PPE ਦੀ ਉਹ ਸਿਵਲ ਹਸਪਤਾਲ ਨੂੰ ਦਿੱਤੀ ਹੈ। ਸਾਡੇ ਨਾਲ ਅੱਜ ਡਾਕਟਰ ਸਿਵਲ ਸਰਜਨ ਜੀ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ ਮੈਮ, ਤੁਹਾਨੂੰ ਕਿੱਟਾਂ ਪ੍ਰੋਵਾਈਡ ਕੀਤੀਆਂ ਗੁਰਦੁਆਰਾ ਸਾਹਿਬ ਦੇ? ਹਾਂਜੀ, ਅੱਜ ਸਾਨੂੰ ਸ਼੍ਰੀ ਗੁਰਦੁਆਰਾ ਤੇਰੀ ਸਲਾਹ ਵੱਲੋਂ ਗੁਰੂ ਕਲਗੀਧਰ ਸੇਵਕ ਸਭਾ ਵੱਲੋਂ 100 ਕਿੱਟਾਂ PPE ਪ੍ਰਾਪਤ ਹੋਈਆਂ ਹਨ। ਅਤੇ ਅੱਜ ਕੱਲ੍ਹ ਜਿਸ ਤਰ੍ਹਾਂ ਸਾਨੂੰ ਕੋਰੋਨਾ ਦੇ ਪੇਸ਼ੈਂਟ ਕਾਫੀ ਸਾਰੇ ਆ ਰਹੇ, ਬਾਹਰੋਂ ਵੀ ਬਹੁਤ ਨਿਰਾਸ਼ ਕਰ ਦਿੰਦੇ, ਹੋਰ ਸਟੋਕਸ ਤੋਂ ਵੀ ਸਾਡੇ ਕੋਲ ਬਹੁਤ ਜ਼ਿਆਦਾ ਸ਼ਰਧਾਲੂ ਅਤੇ ਮਾਈਗ੍ਰੇਂਟਸ ਆ ਰਹੇ ਨੇ। ਸੋ ਇਹਨਾਂ ਨੂੰ ਸਾਰਿਆਂ ਦਾ ਧਿਆਨ ਰੱਖਣ ਲਈ ਸਾਡੇ ਜਿਹੜਾ ਮੈਡੀਕਲ ਸਟਾਫ, ਉਹਨਾਂ ਨੂੰ PPE ਕਿੱਟਸ ਜਿਹੜੀਆਂ ਬਹੁਤ ਲੋੜੀਂਦੀਆਂ ਹਨ, ਤਾਂ ਜੋ ਸਾਡਾ ਸਟਾਫ ਬਿਮਾਰ ਨਾ ਹੋਏ। ਜੇ ਸਾਡਾ ਸਟਾਫ ਬਿਮਾਰ ਹੋ ਗਿਆ ਤਾਂ ਸਾਨੂੰ ਕੰਮ ਕਰਾਉਣਾ ਪਵੇਗਾ। ਸੋ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਸਾਨੂੰ ਅੱਜ 100 PPE ਕਿੱਟਾਂ ਪ੍ਰੋਵਾਈਡ ਕੀਤੀਆਂ ਹਨ। ਉਹਨਾਂ ਦੀ ਸਾਨੂੰ ਵੱਡੀ ਯੂਟੀਲਿਟੀ ਹੈ ਅਤੇ ਸਾਡੇ ਸਟਾਫ ਨੂੰ ਵੀ ਉਹਦਾ ਬਹੁਤ ਫਾਇਦਾ।
हाँ जी साढ़े को इस वे आइसोलेशन सेंटर के 10 पेशेंट हूँ मौजूद ने तो बाकी सारिया फैसिलिटीज इस वे सारे श्रद्धालु तो दूसरे स्टेट्स डिस्ट्रिक्ट तो आए हुए माइग्रेंट्स ने जिन्हों के रिजल्ट हले अवेटेड तो ऑलमोस्ट 250-300 के करीब साढ़े को ऐसे श्रद्धालु के माइग्रेंट्स ने जिन्हों के असं टेस्ट भेज चुके हैं और रिजल्ट ही वेट कर रहे हैं। सो इस तरह पंजाब न्यूज़ चैनल के सारे जो व्यूवर्स ने देश विदेश तो जुड़े हुए हैं उन्होंने मैं दस दवा पंजाब न्यूज़ चैनल का फेसबुक पेज जरा सबसक्राइब करो बैल आइकन जरूर दब दौ ताकि नवी नवेकली कोई भी इंटरव्यू या कोई खबर आती है वो तो फोन के सब तो पहला पहुँच जाए।